ਵਿਗਾੜਿਆ ਕੀ ਸੀਗਾ ਤੂੰ ਸਾਨੂੰ ਇਸ ਬੰਦੇ ਨੂੰ ਭੇਜਿਆ ਮੇਰੇ ਘਰ 'ਚ ਰਾਮੇ ਸਰਪੰਚ ਨੂੰ ਭੇਜਿਆ ਮੈਂ ਆਪਦੇ ਪਿੰਡ 'ਚੋਂ 150 ਵੋਟ ਮੇਰੇ ਘਰ ਤੋਂ ਲੈ ਕੇ ਚੱਲਦਾ ਮੈਂ ਤੁਹਾਨੂੰ ਪਹੁੰਚਾ ਮੈਂ ਭਾਵੇਂ ਅਕਾਲੀ ਦਲ ਦਾ ਨੁਮਾਇੰਦਾ ਜਿੱਤਿਆ ਵੀ ਸੀਗਾ ਮੈਂ ਬਲਾਕ ਤੋਂ ਪਰ ਮੈਂ ਇਸ ਬੰਦੇ ਨੂੰ ਦੇਖਿਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਉਸ ਤੋਂ ਬਾਅਦ ਤੂੰ ਸਾਡੀ ਜ਼ਮੀਨ ਦਾ ਨੁਕਸਾਨ ਕੀਤਾ ਤੇਰੇ ਘਰ ਵੀ ਅਸੀਂ ਗਏ 7 ਮਹੀਨੇ ਅਸੀਂ ਤੇਰੀਆਂ ਮਿੰਨਤਾਂ ਹਾੜੇ ਕੱਢੇ ਸੁਣੋ ਇੱਕ ਮਿੰਟ ਸੁਣੋ ਉਸ ਤੋਂ ਬਾਅਦ ਦੇਖੋ ਅਮਰ ਸਾਹਿਬ ਮੇਰੀ ਮੈਂ ਫਿਰ ਬੇਨਤੀ ਸੁਣੋ ਜੀ ਜੇ ਤਾਂ ਕਿਸਾਨੀ ਮੁੱਦੇ ਤੇ ਗੱਲ ਕਰੀਏ ਕਿਸਾਨ ਜੇ ਇੱਕ ਜੇ ਜੇ ਜਥੇਬੰਦੀ ਤੌਰ ਤੇ ਗੱਲ ਕਰਨੀ ਮੇਰੇ ਨਾਲ ਫਿਰ ਮੈਂ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੂੰ ਜਵਾਬ ਦੇ ਚੁੱਕਿਆ ਨਹੀਂ ਜੀ ਇਹ ਕਿਸਾਨੀ ਆ ਅਮਰ ਸਾਹਿਬ ਇਹ ਕਿਸਾਨੀ ਆ ਦੇਖੋ ਮੈਂ ਕਿਹਨੂੰ ਰਹਿ ਨਹੀਂ ਕਿਸਾਨੀ ਆ ਤੁਸੀਂ ਇਹਨੂੰ ਕਿਸਾਨੀ ਮੰਨਦੇ ਹੋ ਇਹ ਕਿਸਾਨੀ ਮੰਨਦੇ ਹੋ ਸੇਵਕ ਤੂੰ ਆਉਂਦੇ ਯਾਰ ਇੱਕ ਮਿੰਟ ਯਾਰ ਚੁੱਪ ਕਰ ਤੁਸੀਂ ਹੁਣ ਆਏ ਹੋ ਇਹ ਐਜ਼ ਅ ਜਥੇਬੰਦੀ ਤੌਰ ਤੇ ਤੁਸੀਂ ਜਥੇਬੰਦੀ ਤੌਰ ਤੇ ਆਏ ਹੋ ਮੈਂ ਤੁਹਾਡੇ ਇੱਕ ਮਿੰਟ ਯਾਰ ਗੱਲ ਕਰ ਲੈਂਦਾ ਤੁਸੀਂ ਜਥੇਬੰਦੀ ਤੌਰ ਤੇ ਆਏ ਹੋ ਮੈਂ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੂੰ ਹੋਰ ਬਾਕੀ ਆਗੂਆਂ ਨੂੰ ਜਵਾਬ ਦੇ ਚੁੱਕਾ ਤੁਸੀਂ ਪਿੰਡ ਲੈਵਲ ਤੇ ਜੇ ਕੋਈ ਗੱਲ ਕਰਨੀ ਹੈ ਪਿੰਡ ਦੀ ਪੰਚਾਇਤ ਦੇ ਲੈਵਲ ਤੇ ਗੱਲ ਕਰਨੀ ਹੈ ਮੇਰੇ ਦਫ਼ਤਰ ਉਹ ਗੱਲ ਨਹੀਂ ਜੀ ਤੁਹਾਡੇ ਦਫ਼ਤਰ ਕਿਉਂ ਤੁਸੀਂ ਵੋਟਾਂ ਦਫ਼ਤਰ ਮੰਗ ਲਏ ਲੋਕਾਂ ਦੇ ਪਿੰਡਾਂ ਪਿੰਡਾਂ ਜਾ ਕੇ ਵੋਟਾਂ ਮੰਗਣ ਦੇ ਹੋ 7 ਮਹੀਨੇ ਮੈਂ ਸਾਹਿਬ ਬੜੇ ਦਫ਼ਤਰ ਦੇ ਸਾਰੇ ਮਾਲੇ ਆਪਣਾ ਜਾ ਕੇ ਵੋਟਾਂ ਮੰਗਣ ਦੇ ਹੋ ਹੈ ਨਾ ਪਿੰਡਾਂ ਇਹ ਕਰਾਓ ਤੇ ਜਾ ਕੇ ਵੋਟਾਂ ਮੰਗਣ ਦੇ ਮੁੱਖ ਮੰਤਰੀ ਨੇ ਕਹਿ ਨਾ ਆਪਾਂ ਨੂੰ ਜੋ ਸੀ ਲੋਕਾਂ ਨੂੰ ਸਿਖਾਇਆ ਜੇ ਕੋਈ ਤੇ ਮੈਂ ਤੁਹਾਨੂੰ ਜਵਾਬ ਪਰ ਸਾਡਾ ਸਹੀ ਲੋਕਾਂ ਨੂੰ ਸਿਖਾਇਆ ਜੇ ਜਵਾਬ ਦੇ ਘਰ ਦੇ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਇਹ ਤਾਂ ਲੀਗਲ ਹੈ ਮੁੱਖ ਮੰਤਰੀ ਸਾਹਿਬ ਨੇ ਕਿਹਾ ਸਵਾਲ ਪੁੱਛਣ ਨੂੰ ਇੱਕ ਤੁਸੀਂ ਸਾਡੇ ਤੇ ਕੇਸ ਪਾਇਆ ਜੀ ਮੋੜ ਆ ਗਿਆ ਆਪਾਂ ਜਾਮੜੀ ਸਾਹਿਬ ਝੂਠੇ ਨੇ ਇਹ ਕੋਰਟ ਫੈਸਲਾ ਕਰੇਗਾ ਨਹੀਂ ਤੁਸੀਂ ਨਿਆਂ ਤਾਂ ਦਿਓ ਨਾ ਆਪਾਂ ਪੰਚਾਇਤੀ ਤੌਰ ਤੇ ਤੁਸੀਂ ਮੰਗੇ ਸੀਗੇ 5 ਕਰੋੜ ਦਾ ਕਾਹਦਾ ਤੁਸੀਂ ਮੰਗੇ ਸੀਗੇ ਇੱਕ ਮਿੰਟ ਤੁਸੀਂ ਸਬੂਤ ਮੰਗੇ ਸੀਗੇ ਇਹ ਕੋਰਟ ਫੈਸਲਾ ਕਰੇਗਾ ਤੁਸੀਂ ਸਬੂਤ ਮੰਗੇ ਸੀਗੇ ਮੈਂ ਕਹਿੰਦਾ ਸਬੂਤ ਇਹਨਾਂ ਦਾ ਆਪ ਕੋਲ ਕਰੇ ਬੈਠੀਏ ਉਹ ਸਬੂਤ ਕੋਲ ਕਰੇ ਬੈਠੀਏ ਉਹ ਸਬੂਤ ਤੁਸੀਂ ਅਦਾਲਤ ਦੇ ਅਦਾਲਤ ਨੂੰ ਗੈਰ ਬਾਤ ਵੇਖਾਂਗੇ ਤੁਸੀਂ ਗੁਰਦਾਸ ਚੱਲੀਏ ਜਿਹੜਾ ਗੁਰਦਾਸ ਇੱਕ ਮਿੰਟ ਜੇ ਮੈਂ ਝੂਠਾ ਹੋਇਆ ਗੱਲ ਸੁਣੋ ਗੁਰਦਾਸ ਚੱਲੀਏ ਇੱਕ ਮਿੰਟ ਗੱਲ ਸੁਣੋ
ਮੇਰੀ ਗੱਲ ਸੁਣੋ, ਮੈਂ ਗੁਰਦੁਆਰੇ ਜਾਣ ਨੂੰ ਤਿਆਰ ਹਾਂ। ਸੁਣੋ ਤੁਸੀਂ, ਸਾਡੇ